ਗੋਬਿੰਦਗੜ੍ਹ ਚ ਭੜਕੇ ਹਿੰਦੂ। ਗਊ ਭਗਤਾਂ ਵੱਲੋਂ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ। ਗਊ ਰੱਖਿਆ ਦਲ ਵੱਲੋਂ ਟਰੱਕ ਡਰਾਈਵਰ ਸਮੇਤ 2 ਮੁਜਰਮ ਕੀਤੇ ਗਏ ਕਾਬੂ। ਗੋਬਿੰਦਗੜ੍ਹ ਮੰਡੀ ਵਿੱਚ ਗਊ ਰੱਖਿਆ ਦਲ ਨੇ ਗਊ ਮਾਸ ਦਾ ਭਰਿਆ ਟਰੱਕ ਫੜਿਆ, ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਗਊ ਰੱਖਿਆ ਦਲ ਵੱਲੋਂ ਮੌਕੇ ਤੇ ਟਰੱਕ ਡਰਾਈਵਰ ਤੇ 2 ਮੁਜਰਮਾਂ ਨੂੰ ਕਾਬੂ ਕੀਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ। ਉਹਨਾਂ ਨੂੰ ਕਿਹਾ ਗਿਆ ਸੀ ਕਿ ਇਸ ਵਿੱਚ ਮੱਛੀ ਹੈ, ਪਰ ਨਿਕਲਿਆ ਗਊ ਮਾਸ। ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪਰ ਪੁਲਿਸ ਨਾ ਪਹੁੰਚਣ ਤੇ ਦਲ ਵੱਲੋਂ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ ਕਰ ਦਿੱਤਾ ਗਿਆ। ਉੱਥੇ ਹੀ ਗਊ ਦਲ ਵੱਲੋਂ ਕਿਹਾ ਗਿਆ ਕਿ ਇਹਨਾਂ ਮੁਜਰਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਕੰਪਨੀ ਸੇ ਜਾ ਰਹਾ ਥਾ, ਕੰਪਨੀ ਸੇ ਬਾਤ ਕਰੋ ਨਾ, ਕਿਉਂ ਬਰਾ ਯੇ ਨਹੀਂ ਹਮਕੋ ਪਤਾ ਨਹੀਂ ਸਰ, ਇਸਮੇ ਮੁਝੇ ਹੈਗਾ ਲਗਾ ਲਗਭਗ 30 ਸਾਲ ਯਾਰ, ਮਗਰ ਮੁਝੇ ਕਿਆ ਪਤਾ ਇਸਨੇ ਇਸਮੇ ਉਸਨੇ ਬੋਲਾ ਮਛਲੀ ਹੈ ਸਰ, ਇਸਮੇ ਤੇ ਬੋਲਾ ਸਰ ਮਛਲੀ ਹੈ, ਮੈਨੇ ਉਸਕੋ ਬੋਲਾ ਮਛਲੀ, ਉਸਨੇ ਬੋਲਾ ਯੇ ਮਛਲੀ ਇਸਮੇ ਨਹੀਂ ਸਰ, ਮੁਝੇ ਕਿਆ ਪਤਾ ਉਸਨੇ ਕਿਆ ਬਾਰੇ ਸਾਲੇ ਨੇ, ਮੁਝੇ ਕਿਆ ਪਤਾ। ਕੰਪਨੀ ਹੈ ਨਾ ਜੀ, ਬੋਲਦਾ ਸ੍ਰੀਨਗਰ ਬੋਲ ਰਿਹਾ, ਸ੍ਰੀਨਗਰ ਪੂਰੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਗਊ ਮਾਸ ਨਾਲ ਭਰਿਆ ਟਰੱਕ ਫੜਿਆ। ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਵਿੱਚ ਇੱਕ ਐਸੀ ਸਰਕਾਰ ਚੱਲ ਰਹੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਰਹੀ ਹੈ। ਔਰ ਥੋੜ੍ਹੇ ਦਿਨ ਪਹਿਲਾਂ ਖੰਨੇ ਵੀ ਇਹ ਘਟਨਾ ਹੋਈ ਹੈ, ਮੰਦਿਰ ਨੂੰ ਤੋੜਿਆ ਗਿਆ, ਲੁੱਟਿਆ ਗਿਆ, ਉੱਥੇ ਜਿਹੋ ਦੋਸ਼ੀ ਫੜ ਲਏ ਉੱਤਰ ਪ੍ਰਦੇਸ਼ ਜਾ ਕੇ। ਅੱਜ ਜਿਹੜੇ ਕਾਰਜਕਰਤਾ ਸੀ ਗਊ ਰੱਖਿਆ ਦਲ ਦੇ, ਉਹ ਰਾਜਪੁਰੇ ਤੋਂ ਇਹਦੇ ਪਿੱਛੇ ਲੱਗੇ ਹੋਏ ਸੀਗੇ। ਉਰੇ ਪੁਲਿਸ ਨੂੰ ਵਾਰ ਵਾਰ ਕਿਹਾ, 32 ਫੋਨ ਕੀਤੇ, ਉਰੇ ਥਾਣੇ 'ਚ ਵੀ ਆਏ, ਪਰ ਪੰਜਾਬ ਸਰਕਾਰ ਵੀ ਸੁੱਤੀ ਪਈ ਆ, ਉਹਦੇ ਨਾਲ ਨਾਲ ਪੰਜਾਬ ਪੁਲਿਸ ਵੀ ਸੁੱਤੀ ਪਈ ਆ। ਇਹਨਾਂ ਨੂੰ ਕਿਹਾ ਵੀ ਸਾਡੇ ਨਾਲ ਬੰਦੇ ਭੇਜ ਦਿਓ, ਉਹਨਾਂ ਨੇ ਨਹੀਂ ਭੇਜੇ। ਕਾਰਜਕਰਤਾ ਨੇ ਆਪ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਉਹ ਟਰੱਕ ਨੂੰ ਫੜਿਆ, ਜਦਕਿ ਇਹਨਾਂ ਦੇ ਉੱਪਰ ਚੜ੍ਹਾਉਣ ਲੱਗਿਆ ਸੀ ਟਰੱਕ ਵਾਲਾ, ਫੜ ਕੇ ਉਹਨਾਂ ਨੂੰ ਉਰੇ ਥਾਣੇ ਲਿਆਏ। ਹੁਣ ਵੀ 2 ਘੰਟੇ ਹੋ ਗਏ, ਪੁਲਿਸ ਦਾ ਕੋਈ ਵੀ ਜ਼ਿੰਮੇਵਾਰ ਵਿਅਕਤੀ ਉਰੇ ਨਹੀਂ, ਨਾ DSP ਹੈ, ਨਾ SHO ਹੈ, ਔਰ ਫੋਨ 'ਤੇ ਕਹੀ ਜਾਂਦੇ ਗੱਲ ਕਰ ਲਓ। ਇਹ ਜਿਹੜਾ ਇਹ ਆਹ ਦੇਖੋ ਤੁਹਾਡਾ ਸਾਹਮਣੇ ਆ, ਆਹ ਇੱਕ ਪੈਕਟ ਕੱਢ ਕੇ ਰੱਖੇ ਨੇ, ਇਹ ਬਹੁਤ ਬੜਾ ਤਸਕਰੀ ਦਾ ਅੱਡਾ ਬਣ ਗਿਆ। ਪੰਜਾਬ ਐਸੀ ਸਟੇਟ ਆ ਜਿੱਥੇ ਮੈਕਸੀਮਮ ਬੰਗਲਾਦੇਸ਼ੀ ਆ ਕੇ ਸ਼ਰਨ ਲੈ ਰਹੇ ਨੇ। ਤੁਸੀਂ ਜਿੰਨੇ ਚੌਂਕ ਨੇ ਪੂਰੇ ਪੰਜਾਬ 'ਚ, ਉਹਨਾਂ 'ਤੇ ਦੇਖ ਲਓ ਜੂਸ ਦੀਆਂ ਰੇਹੜੀਆਂ ਲੱਗੀਆਂ, ਪਿਛਲੇ ਜੱਦੀ ਸਰਕਾਰ ਆਈ, ਇਹ ਸਾਰੇ ਹੀ ਉਹ ਬੰਗਲਾਦੇਸ਼ੀ ਨੇ, ਉਹਨਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ। ਉਰੇ ਸ਼ਮਾ ਢਾਬੇ ਕੋਲ 'ਤੇ ਜਿੱਥੇ ਬਿਰਿਆਨੀ ਖਿਲਾਈ ਜਾਂਦੀ ਆ, ਆਪਾਂ ਉਰੇ ਸਾਡੇ ਪੰਜਾਬ ਦੇ ਲੋਕ ਵੀ ਨੌਨ ਵੈਜ ਖਾਂਦੇ ਨੇ, ਇੱਕ ਹਲਾਲ ਦਾ ਹੁੰਦਾ, ਇੱਕ ਉਹ ਦੂਸਰਾ ਹੁੰਦਾ ਹੈ ਝਟਕੇ ਦਾ, ਤਾਂ ਉਰੇ ਜਿਹੜਾ ਹਲਾਲ ਦਾ ਮੀਟ ਖਿਲਾਉਣ ਵਾਸਤੇ ਇਹ ਸਾਰਾ ਕੁਝ ਜਿਹੜਾ ਹੈ ਪ੍ਰੀ ਪਲੈਂਡ ਚੱਲ ਰਿਹਾ, ਲੋਕਾਂ ਦਾ ਧਰਮ ਭ੍ਰਸ਼ਟ ਕੀਤਾ ਜਾ ਰਿਹਾ। ਪੰਜਾਬ ਪੁਲਿਸ ਸੁੱਤੀ ਪਈ ਹੈ, SHO ਸੁੱਤਾ ਪਿਆ ਹੈ। ਹੁਣ ਵਾਰ ਵਾਰ ਜਦ ਅਸੀਂ ਧਰਨਾ ਲਾਇਆ, ਸਾਨੂੰ ਮਜਬੂਰ ਹੋਣਾ ਪਿਆ ਧਰਨਾ ਲਾਉਣ ਵਾਸਤੇ, ਕਿਉਂਕਿ ਕੋਈ ਉਰੇ ਸੁਣਵਾਈ ਨਹੀਂ ਹੋ ਰਹੀ ਸੀ। ਪਿਛਲੇ 2-3 ਘੰਟੇ ਦੇ ਕੰਮ ਕਰ ਰਹੇ ਸੀ। ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, DGP ਪੰਜਾਬ ਤੋਂ ਮੰਗ ਕਰਦੇ ਹਾਂ ਕਿ ਮੰਡੀ ਗੋਬਿੰਦਗੜ੍ਹ ਦੀ ਜਿਹੜੀ ਪੁਲਿਸ ਆ, ਇਹ ਸਾਰੇ ਥਾਣੇ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ, ਸਸਪੈਂਡ ਕੀਤਾ ਜਾਵੇ, ਕਿਉਂਕਿ ਇਹ ਡਿਊਟੀ ਨਹੀਂ ਦੇ ਰਹੇ। ਜਿੱਥੇ ਟਰੱਕ ਸਾਡੇ ਕਾਰਜਕਰਤਾ ਦੇ ਉੱਤੇ ਚੜਾ ਦਿੰਦੇ, ਇਹ ਮਰ ਜਾਂਦੇ 5-4 ਬੰਦੇ, ਉਹਦਾ ਕੌਣ ਜ਼ਿੰਮੇਵਾਰ ਸੀ? SHO ਸਾਹਿਬ ਅਜੇ ਤੱਕ ਸੁੱਤੇ ਪਏ ਨੇ, ਕੋਈ ਇੱਥੇ ਸੁਣਵਾਈ ਨਹੀਂ ਹੈ। ਉਰੇ ਪੈਸੇ ਦਾ ਭ੍ਰਿਸ਼ਟਾਚਾਰ ਦਾ ਅੱਡਾ ਇਹਨਾਂ ਨੇ ਬਣਾ ਰੱਖਿਆ ਹੈ, ਜਣੇ ਖਣੇ ਤੋਂ ਪੈਸੇ ਲੈਂਦੇ ਨੇ, ਆਹ ਸਕੂਟਰ ਮੋਟਰਸਾਈਕਲ ਵਾਲਿਆਂ ਨੂੰ ਘੇਰ ਘੇਰ ਕਰਦੇ ਨੇ। ਇੱਕੋ ਟਰੱਕ ਜਾ ਰਿਹਾ ਜਿਹਦੇ ਵਿੱਚ ਗਊ ਮਾਸ ਭਰਿਆ ਹੋਇਆ, ਕੋਈ ਉਹਦਾ ਨੰਬਰ ਨਹੀਂ, ਕੋਈ ਉਹਦੀ GST ਨਹੀਂ, ਕੋਈ ਕੁਛ ਨਹੀਂ, ਉਹਦੀ ਕਿਤੇ ਰੋਕ ਟੋਕ ਨਹੀਂ। ਅੱਜ ਪੰਜਾਬ ਦੇ ਵਿੱਚ ਹਾਲਾਤ ਪੰਜਾਬ ਦੀ ਸਰਕਾਰ ਅਤੇ ਪੰਜਾਬ ਪੁਲਿਸ ਨੇ ਬੁਰੇ ਕੀਤੇ ਹੋਏ ਨੇ। ਅਸੀਂ ਉਦੋਂ ਤੱਕ ਉਰੇ ਧਰਨਾ ਲਾਈ, ਸਾਰੇ ਕਾਰਜਕਰਤਾ ਬੈਠੇ ਨੇ, ਸਾਰੇ ਹਿੰਦੂ ਸਮਾਜ ਦੇ ਜਿਹੜੇ ਗਊ ਮਾਤਾ ਨੂੰ ਪਿਆਰ ਕਰਦੇ ਨੇ, ਕਿਸੇ ਵੀ ਪੂਜਾ ਪੱਧਤੀ ਨੂੰ ਮੰਨਦੇ ਹੁਣ, ਸਾਰੇ ਉਰੇ ਬੈਠੇ ਨੇ। ਹੋਰ ਵੀ ਖੰਨੇ ਤੋਂ, ਗੋਬਿੰਦਗੜ੍ਹ ਤੋਂ, ਮਲੋਹ ਤੋਂ, ਮੰਡੀ ਗੋਬਿੰਦਗੜ੍ਹ, ਸਾਰੀਆਂ ਸੰਸਥਾਵਾਂ ਉਰੇ ਇਕੱਠੀਆਂ ਹੋ ਰਹੀਆਂ ਨੇ। ਅਸੀਂ ਛੇਤੀ ਤੋਂ ਛੇਤੀ ਕਹਿੰਦੇ ਹਾਂ ਕਾਰਜਕਰਤਾ ਇੱਥੇ ਪਹੁੰਚੋ, ਔਰ ਇਹ ਜਿਹੜਾ ਅਨਿਆਏ ਹੋ ਰਿਹਾ ਉਹਦੇ ਖਿਲਾਫ਼ ਆਪਾਂ ਲੜਾਈ ਲੜੀਏ। ਧੰਨਵਾਦ, ਬਹੁਤ ਬਹੁਤ।